ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਡੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਫਿਰੋਜ਼ਪੁਰ ਦੇ ਪਿੰਡ ਮੱਲਾਵਾਲਾ ਚ ਵਿਆਹੀ ਗਈ ਕਰਮਜੀਤ ਦੇ ਕਰਮ ਕਿੰਨੇ ਢਿੱਲੇ ਹੋਣਗੇ ਇਹ ਉਹਨੇ ਸੁਪਨੇ ਚ ਵੀ ਨਹੀਂ ਸੋਚਿਆ ਹੋਣਾ। ਕਰਮਜੀਤ ਨੂੰ ਪਿਓ ਦੀ ਵਿਰਾਸਤ ਚ ਹਿੱਸਾ ਮੰਗਣਾ ਮਹਿੰਗਾ ਪੈ ਗਿਆ। ਪਿਓ ਦੀ ਵਿਰਾਸਤ ਦੇ ਵਿੱਚ ਕਰਮਜੀਤ ਦੇ ਹਿੱਸੇ ਚ ਆਈ ਗੋਲੀ। ਦਰਅਸਲ ਕਰਮਜੀਤ ਨੇ ਆਪਣਾ ਹੱਕ ਮੰਗਿਆ ਸੀ। ਇਸੇ ਹੱਕ ਨੂੰ ਲੈ ਕੇ ਉਸਦਾ ਪੇਕਾ ਪਰਿਵਾਰ ਉਸ ਕੋਲੋਂ ਖਫਾ ਸੀ। ਇਸੇ ਨਾਰਾਜ਼ਗੀ ਨੇ ਕਰਮਜੀਤ ਕੋਲੋਂ ਜੀਣ ਦਾ ਹੱਕ ਖੋਲਿਆ। ਕਰਮਜੀਤ ਦੇ ਘਰ ਵਾਲੇ ਦੀ ਮੰਨੀਏ ਤੇ ਉਸਦੇ ਸਾਲੇ ਨੇ ਐਤਵਾਰ ਨੂੰ ਉਹਨਾਂ ਦੇ ਪਿੰਡ ਵਿੱਚ ਦੋਵਾਂ ਤੇ ਹਮਲਾ ਕਰ ਦਿੱਤਾ। ਗੋਲੀ ਲੱਗਣ ਦੇ ਨਾਲ ਉਸਦੀ ਵੋਟੀ ਦੀ ਮੌਤ ਹੋ ਗਈ, ਜਦਕਿ ਉਸਨੇ ਭੱਜ ਕੇ ਆਪਣੀ ਜਾਨ ਬਚਾਈ। ਤੁਸੀਂ ਆਪ ਹੀ ਸੁਣੋ ਪੂਰੀ ਘਟਨਾ। ਬੰਦੇ ਆਏ ਆ, ਅੱਛਾ ਜੀ, ਉਹਨਾਂ ਦੇ ਇੱਕ ਸੀ ਗੁਰਸਾਹਿਬ ਸਿੰਘ, ਅੱਛਾ ਜੀ, ਦੋ ਅਣਪਛਾਤੇ ਸੀ, ਹਾਂਜੀ, ਤੇ ਉਹਨਾਂ ਆ ਕੇ ਇਹਨੂੰ ਪਰਮਜੀਤ ਕੌਰ ਨੂੰ ਬੋਲਿਆ, ਮਾਰਨਾ ਸ਼ੁਰੂ ਕਰ ਦਿਆ। ਅੱਛਾ ਜੀ, ਇਹਦੀ ਤਾਂ ਮੌਕੇ 'ਤੇ ਮੌਤ ਹੋ ਗਈ ਅਤੇ ਮੈਂ ਭੱਜ ਗਿਆ। ਰੰਜਿਸ਼ ਕੀ ਸੀ ਆਪਣੀ ਜੀ? ਪਹਿਲੇ ਕੁੜੀ ਦਾ ਚੱਕਰ ਸੀ। ਇਹ ਕੀ ਉਹ ਲੱਗਦੇ ਆਪਣੇ ਜੀ? ਗੁਰਸਾਹਿਬ ਸਿੰਘ ਜੀ ਆ ਸਾਰਾ ਮੇਰਾ। ਕਿਹੜਾ ਸਾਰਾ ਵਾ? ਹਾਂਜੀ। ਅੱਛਾ ਜੀ, ਮੌਕੇ 'ਤੇ ਪੁਲਿਸ ਪਹੁੰਚੀ ਆ ਗਈ ਜੀ? ਹਾਂਜੀ ਪਹੁੰਚੀ ਆ ਜੀ। ਬੰਦੇ ਫੜੇ ਗਏ ਕਿ? ਬੰਦੇ ਦਾ ਕੋਈ ਨਹੀਂ। ਠੀਕ ਹੈ। ਕਰਤਾਰ ਸਿੰਘ ਵਾਸੀ ਪਿੰਡ ਬੰਡਾਲੇ ਦਾ, ਉਹ ਆਪਣੇ ਨਾਲ ਤਿੰਨ ਚਾਰ ਹੋਰ ਅਣਪਛਾਤੇ ਬੰਦੇ ਲੈ ਕੇ ਆਏ ਨੇ ਅਤੇ ਆ ਕੇ ਫਾਇਰ ਕਰਕੇ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰਤਾ। ਇੱਕ ਚਿਹਰੇ 'ਤੇ ਲੱਗੀ ਹੈ, ਇੱਕ ਛਾਤੀ 'ਤੇ ਵਿਚਕਾਰ ਲੱਗੀ ਹੈ। ਤਫਤੀਸ਼ ਚੱਲਦੀ ਪਈ ਹੈ। ਸਾਡੀ ਪੁਲਿਸ ਪਾਰਟੀ ਜਿਹੜੀ ਹੈ ਉਹ ਬੰਦਿਆਂ ਦੇ ਮਗਰ ਲੱਗੀ ਹੈ ਅਤੇ ਉਹ ਵੱਖਰੀ ਐਕਸਟਰਾ ਪਾਰਟੀ ਜਿਹੜੀ ਸਾਡੀ ਛੱਡੀ ਹੋਈ ਹੈ।